ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਏ ਜਨਰਲ ਇਜਲਾਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2020-21 ਦਾ 9,81,94,80,500 ਦਾ ਸਾਲਾਨਾ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰੇ ਗਜਾ ਕੇ ਪ੍ਰਵਾਨਗੀ ਦਿੱਤੀ। ਬਜਟ ਵਿੱਚ ਜਨਰਲ ਬੋਰਡ ਫੰਡ ਲਈ 57 ਕਰੋੜ ਰੁਪਏ, ਟਰੱਸਟ ਫੰਡ ਲਈ 37 ਕਰੋੜ, 61 ਲੱਖ ਰੁਪਏ, ਵਿਦਿਆ ਫੰਡ 28 ਕਰੋੜ, 44 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਲਈ 58 ਕਰੋੜ ਰੁਪਏ, ਪ੍ਰਿੰਟਿੰਗ ਪੈਸਾ ਲਈ 8 ਕਰੋੜ ਅਤੇ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2,15 ਕਰੋੜ ਰੁਪਏ, ਡਾਇਰੈਕਟੋਰੇਟ ਆਫ ਐਜੂਕੇਸ਼ਨ ਲਈ 87,80,500 ਰੁਪਏ, ਗੁਰਦੁਆਰਾ ਸਾਹਿਬਾਨ ਸੈਕਸ਼ਨ 85 ਲਈ 5,77 ਕਰੋੜ ਰੁਪਏ ਰੱਖੇ ਗਏ ਨੇ। ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦਾ ਇਸ ਵਾਰ ਦਾ ਬਜਟ ਪਿਛਲੇ ਸਾਲ ਨਾਲੋਂ 18.51% ਘੱਟ ਰਿਹਾ। ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਹਰ ਸਾਲ ਮਾਰਚ ਮਹੀਨੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਪਰੰਤੂ ਇਸ ਵਾਰ ਕੋਰੋਨਾ ਕਾਰਨ ਸੰਭਵ ਨਹੀਂ ਹੋ ਸਕਿਆ। ਇਸ ਦੇ ਚੱਲਦਿਆਂ ਅੰਤਰੇ ਕਮੇਟੀ ਵੱਲੋਂ ਹੀ 2 ਵਾਰ 3-3 ਮਹੀਨਿਆਂ ਦੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਰਹੀ ਸੀ। ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੁਪਹਿਰ 1 ਵਜੇ ਸ਼ੁਰੂ ਹੋਏ ਬਜਟ ਇਜਲਾਸ ਮੌਕੇ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕੀਤੀ, ਜਦਕਿ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪਰੰਪਰਾ ਦੇ ਅਨੁਸਾਰ ਬਜਟ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਮਹਿੰਦਰ ਸਿੰਘ ਆਲੀ ਨੇ ਸ਼ੁਰੂ ਕੀਤੀ। ਬਜਟ ਇਜਲਾਸ ਦੇ ਮਗਰੋਂ ਪ੍ਰੈਸ ਨਾਲ ਗੱਲਬਾਤ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਜਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੇਸ਼ੱਕ ਬਜਟ ਕੋਰੋਨਾ ਦੇ ਕਾਰਨ ਪ੍ਰਭਾਵਿਤ ਹੋਇਆ ਹੈ, ਪਰੰਤੂ ਫਿਰ ਵੀ ਬਜਟ ਸੰਗਤਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਸ ਵਿੱਚ ਹਰ ਪੱਖ ਨੂੰ ਤਵੱਜੋ ਦਿੱਤੀ ਗਈ ਹੈ। ਆ ਰਹੀਆਂ ਸ਼ਤਾਬਦੀਆਂ ਅੰਮ੍ਰਿਤਧਾਰੀ ਬੱਚਿਆਂ, ਸਿਕਲੀਗਰ ਅਤੇ ਵਣਜਾਰੇ ਸਿੱਖਾਂ, ਗੁਰਸਿੱਖ ਖਿਡਾਰੀਆਂ ਅਤੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਬਿਹਤਰ ਕਾਰਜਗਾਰੀ ਦਿਖਾਉਣ ਵਾਲੇ ਸਿੱਖ ਨੌਜਵਾਨਾਂ ਲਈ ਬਜਟ ਵਿੱਚ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਵਾਤਾਵਰਨੀ ਸ਼ੁੱਧਤਾ, ਕੁਦਰਤੀ ਆਫਤਾਂ, ਵਿਦਿਅਕ ਅਦਾਰਿਆਂ ਨਵੀਆਂ ਸੋਧਾਂ ਦੇ ਨਾਲ ਨਾਲ ਕੁਦਰਤੀ ਖੇਤੀ ਨੂੰ ਪ੍ਰਫੁੱਲਿਤ ਕਰਨਾ ਬਜਟ ਦਾ ਮੁੱਖ ਏਜੰਡਾ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਨਵੀਂ ਪਹਿਲ ਕਰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਅੰਦਰ 200 ਸਿੱਖ ਲੜਕੀਆਂ ਨੂੰ ਮੁਫ਼ਤ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਗਿਆ। ਬਜਟ ਵਿੱਚ ਇਸ ਕਾਲਜ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਇਸ ਤਹਿਤ ਦਾਖਲ ਕੀਤੀਆਂ ਜਾਣ ਵਾਲੀਆਂ ਲੜਕੀਆਂ ਵਿੱਚੋਂ 10% ਕੋਟਾ ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਗ੍ਰੰਥੀਆਂ ਅਤੇ ਅਖੰਡ ਪਾਠੀਆਂ ਦੀਆਂ ਬੱਚੀਆਂ ਲਈ ਰੱਖਿਆ ਗਿਆ ਹੈ। ਇਸ ਦੇ ਇਲਾਵਾ 5% ਕੋਟਾ ਆਰਥਿਕ ਤੌਰ 'ਤੇ ਕਮਜ਼ੋਰ ਗੁਰਸਿੱਖ ਪਰਿਵਾਰਾਂ ਦੀਆਂ ਲੜਕੀਆਂ ਲਈ ਹੋਵੇਗਾ। ਉਹਨਾਂ ਦੱਸਿਆ ਕਿ ਆ ਰਹੀਆਂ ਸ਼ਤਾਬਦੀਆਂ ਲਈ ਬਜਟ ਵਿੱਚ 3,45,70,000 ਰੁਪਏ ਰੱਖੇ ਗਏ ਨੇ। ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ ਭਾਈ ਤਾਰੂ ਸਿੰਘ ਜੀ 300 ਸਾਲਾ ਜਨਮ ਦਿਹਾੜਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਸਿੱਖ ਖਿਡਾਰੀਆਂ ਅਤੇ ਖੇਡਾਂ ਲਈ 90 ਲੱਖ ਰੁਪਏ ਅਤੇ ਕੁਦਰਤੀ ਆਫਤਾਂ ਲਈ 96 ਲੱਖ ਰੁਪਏ ਰੱਖੇ ਗਏ ਨੇ। ਸਿਕਲੀਗਰ ਵਣਜਾਰੇ ਸਿੱਖਾਂ ਅਤੇ ਪੰਜਾਬ ਤੋਂ ਬਾਹਰ ਗੁਰਦੁਆਰਿਆਂ, ਸਕੂਲਾਂ ਆਦਿ ਲਈ 5,30,00,000 ਰੁਪਏ, ਆਰਥਿਕ ਪੱਖੋਂ ਕਮਜ਼ੋਰ ਲੋਕਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ 1,50,00,000 ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦੀ ਖੋਜ, ਲਿਖਾਈ ਅਤੇ ਛਪਾਈ ਆਦਿ ਲਈ 5,70,000 ਰੁਪਏ ਰੱਖੇ ਗਏ ਨੇ। ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਫੀਸਾਂ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੀਰੀ ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਅੰਬਾਲਾ ਲਈ 14,20,00,000 ਰੁਪਏ ਬਜਟ ਵਿੱਚ ਰੱਖੇ ਗਏ ਨੇ। ਅੰਮ੍ਰਿਤਧਾਰੀ ਬੱਚਿਆਂ ਦੀ ਪੜ੍ਹਾਈ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਬਜਟ ਇਜਲਾਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬੀਬੀ ਕਿਰਨਜੀਤ ਕੌਰ, ਸਰਦਾਰ ਸੇਵਾ ਸਿੰਘ ਸੇਖਵਾਂ, ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਸਰਦਾਰ ਬਲਵਿੰਦਰ ਸਿੰਘ ਬੈਂਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੇ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਕੌਮ ਨਾਲ ਸੰਬੰਧਿਤ ਵੱਖ ਵੱਖ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਸਮੁੱਚੇ ਹਾਊਸ ਨੇ ਜੈਕਾਰਾਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਪਾਸ ਕੀਤੇ ਗਏ ਮਤਿਆਂ ਦਾ ਵੇਰਵਾ ਇਸ ਪ੍ਰਕਾਰ ਹੈ। ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਪੰਜਾਬੀ ਨੂੰ ਬਾਹਰ ਕਰਨ ਦਾ ਨਿੰਦਾ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਕਿ ਜੰਮੂ ਕਸ਼ਮੀਰ ਖਿੱਤੇ ਅੰਦਰ ਵੱਡੀ ਗਿਣਤੀ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ, ਇੱਥੇ ਪੰਜਾਬੀ ਨੂੰ ਸੰਵਿਧਾਨਕ ਤੌਰ 'ਤੇ ਮਾਨਤਾ ਦੇਣੀ ਚਾਹੀਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੰਮੂ ਕਸ਼ਮੀਰ ਖੇਤਰ ਸਿੱਖ ਰਾਜ ਦਾ ਹਿੱਸਾ ਰਿਹਾ ਹੈ। ਖਿੱਤੇ ਦੇ ਇਤਿਹਾਸ, ਰਵਾਇਤਾਂ ਦੇ ਨਾਲ ਨਾਲ ਵੱਡੀ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ ਬਿਨਾਂ ਭਾਰਤ ਸਰਕਾਰ ਜੰਮੂ ਕਸ਼ਮੀਰ ਭਾਸ਼ਾ ਬਿੱਲ ਪਾਸ ਕੀਤਾ ਗਿਆ ਹੈ। ਇਹ ਘੱਟ ਗਿਣਤੀ ਨਾਲ ਧੱਕਾ ਹੈ। ਮਤੇ ਰਾਹੀਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਜੰਮੂ ਕਸ਼ਮੀਰ ਭਾਸ਼ਾ ਬਿੱਲ ਵਿੱਚ ਪੰਜਾਬੀ ਨੂੰ ਮੁੜ ਸ਼ਾਮਲ ਕੀਤਾ ਜਾਵੇ। ਇਸ ਮਾਮਲੇ ਸੰਬੰਧੀ ਸਮੂਹ ਸੰਸਦ ਮੈਂਬਰਾਂ ਨੂੰ ਵੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਸਮੇਤ ਵੱਖ ਵੱਖ ਸੂਬਿਆਂ ਅੰਦਰ ਪੰਜਾਬੀ ਮਾਂ ਬੋਲੀ ਨਾਲ ਕੀਤੇ ਜਾ ਰਹੇ ਵਿਤਕਰੇ ਵਖਰੇਵੇਂ ਅਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਅਤੇ ਸੂਬਾ ਸਰਕਾਰ ਪਾਸੋਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਉਪਰਾਲੇ ਕਰਨ ਦੀ ਵੀ ਮੰਗ ਕੀਤੀ ਗਈ। ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਅਪ੍ਰਵਾਨ ਕਰਦਿਆਂ ਇੱਕ ਮਤੇ ਦੇ ਰਾਹੀਂ ਇਸ ਕਾਲੇ ਕਾਨੂੰਨ ਨੂੰ ਕਿਸਾਨਾਂ ਦਾ ਦੁਸ਼ਮਣ ਕਰਾਰ ਦਿੱਤਾ ਗਿਆ ਹੈ।
किसानी नाल संबंधित तीन बिल देश के किसानों दबाउण अते बर्बाद करन वाले ने। किसान जो देश के अन्नदाते वजो जाने जाता है पहला ही कर्ज की मार हेठा हैं अते किसान विरोधी बिलों के नाल इन्हां दी हालत होर भी निकल जाएगी। जनरल इजलास ने मांग की कि एक किसान विरोधी बिल लागू ना किए जाने अते भारत भर के समूह संसद मैंबर भी अपनी नैतिक जिम्मेवारी समझदिया बिलों विरुद्ध आवाज़ उठा के किसानों के हितों की राखी कर। पास किए गए एक मते के राही पाकिस्तान स्थित सिखा के गुरद्वारा साहबान की होंद खत्म करने की कोशिशों की सख्त निंदा की गई। मते राही मांग की गई कि 1947 की देश वंड के नाल पाकिस्तान अंदर रह रहे सिखा के सैकड़े गुरद्वारा साहबान दी इमारतों की सांभ संभाल पाकिस्तान सरकार धार्मिक नजरिए तो करे। उत्थे कई गुरद्वारा अंदर पशु बन्ने जा रहे हैं कईयों के नजायज़ कब्जे हैं। गुरु घर जिन्हों इमारतों के कब्जे हैं वह छुड़वाए जा भारत सरकार पासों भी मांग की गई है कि पाकिस्तान अंदर गुरुद्वारा की इमारतों की होंद खत्म की जाने का मामला पाकिस्तान सरकार के कोल उठाए। गुरुद्वारा श्री दरबार साहब करतारपुर साहब पाकिस्तान का लांघा मुड़ खोलने लई एक मते राही भारत सरकार तो मांग की गई। कहा गया कि इस पावन स्थान नाल सिख जगत दीयां धार्मिक भावनावां जुड़ियां हुई हैं। लांघा खोलने के नाल संगतां विच भारी खुशी पाई गई सी परंतु कोरोना के कारण यह लांघा वक्ती तौर पर बंद कर दिता गया। हुण जदों सारे धार्मिक स्थान और व्यापारिक अदारे खोलने की सरकार वालों इजाजत दी गई तो करतारपुर साहब का लांघा भी मुड़ खोलने लई भारत सरकार तुरंत फैसला लवे। इस दे नाल यह मंग भी की गई कि करतारपुर साहब के दर्शनों के लिए जाने वाली संगतों को पासपोर्ट की शर्त खत्म करके यात्रा प्रक्रिया भी सरल बनाई जाए। जनरल इजलास मगरों एक मते के राही उत्तराखंड सिक्किम उड़ीसा स्थित सिखा के इतिहासक स्थानों का प्रबंध श्रोमणी गुरुद्वारा प्रबंधक कमेटी को सौंपने की मांग की गई। मते राही कहा गया कि श्री गुरु नानक देव जी के साथ संबंधित गुरद्वारा ज्ञान गोदड़ी साहब हरकी पौड़ी हरिद्वार गुरद्वारा डांगमार चुंगथांग सिक्किम गुरद्वारा बावली मठ मंगू मठ से पंजाबी मठ जगन्नाथपुरी वड्डे महोत्सव वाले अस्थान हैं। इन्हां दी पवित्रता इतिहासकता अते सांभ संभाल दे मद्देनजर इन्हां दी जिम्मेवारी श्रोमणी कमेटी नूं दित्ती जावे तां जो लोड़ीदियां इमारतां दी उसारी करके परंपरावां दे अनुसार सांभ संभाल हो सके। एक मते दे राही देश दीआं वख-वख जेलां विच पिछले लंबे समें तों टाटा ते होर काले कानूनां दे अधीन नज़रबंद निर्दोश सिखां दी रिहाई लई भारत दे वख-वख राज सरकारां नूं अपील की गई। इस तों इलावा UAPA एक्ट की दुरवरतों रोकने लई भारत ते पंजाब सरकार नूं अपील की गई। सोशल मीडिया से गुरु साहबान सिख योद्धियां गुरबाणी सिख इतिहास आदि संबंधी विवादित पोस्टां ते सख्त रोक लगाने लई एक मते राही भारत सरकार नूं अपील की गई। कहा गया कि सोशल मीडिया की आज़ादी का मतलब हरगिज़ यह नहीं होना चाहिए कि किसी दीआं भी धार्मिक भावनावां दे नाल खिलवाड़ किया जाए। जनरल इजलास के दौरान कोरोना महामारी समय लोड़वंदा की मदद करने वाली सिख संस्थावां दे कार्यां दी भी शलाघा की गई। इस मते राही लोड़वंदा तक लंगर पहुँचाने समेत होर लोड़ीदियां सेवावां मुहैया करवाने वाली संस्थावां की पहलकदमी नूं सलाह गया। एक मते राही कानून की धारा 295A के तहत दी जाने वाली सज़ा नूं उम्र कैद में तब्दील करने की भारत सरकार पासों मांग की गई। मते विच कहा गया कि इस धारा के तहत दी जाने वाली सज़ा नामात्र होने के कारण धार्मिक भावनावां दे नाल खिलवाड़ करने वाले लोग बच निकलते हैं। जेकर इस धारा के तहत दी जाने वाली सज़ा मिसाली होगी तो कोई भी किसी दीआं धार्मिक भावनावां दे नाल खिलवाड़ करने की हिम्मत नहीं करेगा। इस मते विच पंजाब सरकार नूं भी अपील की गई कि वह 295A धारा के तहत दी जाने वाली सज़ा विच वाधा करने संबंधी अपनी कार्रवाई करके भारत सरकार नूं भेजे। श्रोमणी कमेटी के पब्लीकेशन विभाग के कुछ कर्मचारियों वालों गैर जिम्मेवारना ढंग के नाल ड्यूटी करदिया कीतियां बेनिजमियां अते संगतां नूं दित्ते गए पावन सरूपां की भेटा निजी लालच बस खुद वरतन के मामले में लैके एक मता पास किया गया। श्रोमणी कमेटी प्रधान भाई गोविंद सिंह लौंगोवाल ने मता पेश करदे आख्या कि पब्लीकेशन विभाग के कुछ कर्मचारियों की घिनौनी हरकत के नाल श्रोमणी कमेटी नूं चिंताजनक हालातों का सामना करना पिया है। उन्हें कहा कि भावें इस सारे मामले में लैके जांच कमिशन की रिपोर्ट के अनुसार दोषी मुलाजमान से सख्त कार्रवाई की गई है परंतु प्रबंधकी संस्था होने करके श्रोमणी कमेटी का जनरल इजलास खालसा पंथ पासों खिमा जांच न करता है। इसे मते राही ही 19 मई 2016 को गुरुद्वारा श्री रामसर साहब विखे अग लगन कारण श्री गुरु ग्रंथ साहब जी के पावन स्वरूप अग्नि पेंट होने की वापरी मंदभागी घटना से भी अफसोस प्रगट किया गया। श्रोमणी कमेटी मैंबरों नूं मिलदे सालाना 3 लाख रुपए के सालाना कोटा जो कोरोना कारण वक्ती तौर पर बंद कर दिया गया सी जनरल इजलास के दौरान उस विचों 2 लाख रुपए की प्रवानगी दी गई है। इस तों इलावा जनरल इजलास की शुरुआत मौके श्रोमणी कमेटी के सबका प्रधान जथेदार अवतार सिंह मकड़ तख्त श्री दमदमा साहब के सबका जथेदार ज्ञानी जसवंत सिंह श्रोमणी कमेटी मैंबर सरदार कमलेंद्र सिंह ठेकेदार सरदार गजन सिंह वजूमान चीफ खालसा दीवान के आनरेरी सकत्र ते तख्त श्री हरिमंदर साहब जी पटना साहब प्रबंधकी कमेटी के मैंबर सरदार सुरेंद्र सिंह रमालिया वाले तख्त सचखंड श्री हजूर साहब प्रबंधकी बोर्ड के सबका प्रधान सरदार तारा सिंह ते सिख गुरद्वारा जुडिशियल कमिशन के सबका चेयरमैन सरदार कश्मीर सिंह पट्टी के अकाल चलाना के शोक मते पड़े गए। इन्हां तिना शख्सियतों दीआं पंथक सेवावां की शलाघा की गई और विछड़ी रूहां नूं नवें ते मूल मंत्र के पाठ किए गए।
ब्यूरो रिपोर्ट आवाज़ी कॉम टीवी।